ਬੀਜੇਪੀ ਦੇ ਤੇ ਲੁਧਿਆਣੇ ਦੇ ਵਾਸੀਓ, ਮੈਨੂੰ ਕੋਈ ਫਰਕ ਨਹੀਂ। ਮੈਂ ਤਾਂ ਕਿਸਾਨਾਂ ਲਈ ਸਵਾ ਸਾਲ ਫੁੱਟਪਾਥ ਤੇ ਪਿਆ ਰਿਹਾ ਸੀ, ਤਾਂ ਫਿਰ ਛੱਤਾ ਸਿਰ ਤੇ ਗੱਦੇ ਲੱਗਦੇ ਨੇ, ਥੱਲੇ ਪਵਾਂਗੇ ਆਰਾਮ ਦੇ ਨਾਲ। ਇਹ ਗੱਲਾਂ ਜਿਹੜੀਆਂ ਨੇ, ਜਦੋਂ ਤੁਸੀਂ 4 ਤਰੀਕ ਨੂੰ ਕਿਰਪਾ ਕਰੋਗੇ, ਤੁਹਾਡੀ ਕਿਰਪਾ ਨਾਲ ਉਦੋਂ ਸਾਰੇ ਦੁੱਖ ਦੂਰ ਹੋ ਜਾਣਗੇ। ਕੋਈ ਗੱਲ ਨਹੀਂ, ਮੇਰੀ ਦਾਦਾ ਜੀ ਦੀ ਜਿਹੜੀ ਨਿਸ਼ਾਨੀ ਮੈਨੂੰ ਜ਼ਮੀਨ, ਮੇਰੇ ਕੋਲ ਕੋਟਲੀ ਪਿੰਡ ਸੀ, ਜਿਹੜੇ ਮੇਰੇ ਪਿਤਾ ਜੀ, ਜਦੋਂ ਮੈਂ 10 ਸਾਲ ਦਾ ਸੀ, ਮੇਰੇ ਪਿਤਾ ਜੀ ਜਦੋਂ ਚਲੇ ਗਏ ਸੀ, ਉਹੀ ਮੇਰੇ ਕੋਲ ਇੱਕ ਜ਼ਮੀਨ ਸੀ ਜਿਹੜੀ ਮੈਨੂੰ, ਉਹ ਵੀ ਅੱਜ ਮੇਰੇ ਹੱਥੋਂ ਇਹ ਭਗਵੰਤ ਮਾਨ ਐਂਡ ਕੰਪਨੀ ਸਰਕਾਰ ਨੇ, ਇਹ ਕੇਜਰੀਵਾਲ ਨੇ, ਉਹ ਵੀ ਮੇਰੇ ਤੋਂ ਖੋਹੀ ਆ। ਇਸ ਕਰਕੇ ਇਹ ਹਾਰ ਪਤਾ ਲੱਗਦਾ ਨਿਸ਼ਚਿਤ ਆ, ਇਹਨਾਂ ਦੀ ਹਾਰ ਪਤਾ ਲੱਗਦਾ ਨਿਸ਼ਚਿਤ ਆ ਉਸ ਡਰ ਤੋਂ ਵੀ ਕਿਸ ਤਰੀਕੇ ਨਾਲ ਅਸੀਂ ਇਹਨਾਂ ਦੇ ਕਾਗਜ਼ ਆ ਵੀ, ਮੈਂ ਵੀ ਸਾਰਿਆਂ ਦੇ ਪੋਤੜੇ ਆ ਜਿਹੜੇ ਉਹ ਤਿਆਰ ਕਰੀ ਨੇ, ਜਿਹੜੇ ਤਿਆਰ ਰਹਿਣ ਆਪਣੇ ਆਪਣੇ ਤੇ ਸਭ ਦੱਸਾਂਗੇ ਪਤਾ ਕਿਵੇਂ ਇਹ ਸ਼ਰਾਬੀ ਟੋਲਾ, ਇਹ ਜਿਹੜਾ ਕਰਪਸ਼ਨ ਦਾ ਅੱਡਾ, ਜਿਹੜਾ ਕਾਂਗਰਸ ਪਾਰਟੀ ਦੇ ਇਹ ਪ੍ਰਧਾਨ ਜਿਹੜੇ ਕਿ ਬਾਹਰੋਂ ਆ ਕੇ ਉਰੇ ਇਹੋ ਜਿਹੀਆਂ ਸਕੀਮਾਂ ਬਣਾ ਰਹੇ ਨੇ। ਪਰ ਬਹੁਤ ਵੱਡਾ ਲੁਧਿਆਣੇ ਦਾ ਪਰਿਵਾਰ ਆ, 4 ਤਰੀਕ ਤੋਂ ਬਾਅਦ ਗੱਲਾਂ ਕਰਾਂਗੇ। ਪਰ ਅੱਜ ਇਹਨਾਂ ਨੇ ਜਿਹੜੀ ਜ਼ਮੀਨ ਵੀ ਸਾਡੀ ਖੋਲ੍ਹੀ, ਅੱਜ ਜਿਹੜੀ ਛੱਤ ਵੀ ਸੀ ਉਹ ਵੀ ਖੋਲ੍ਹੀ। ਪਰ ਮੈਂ ਅਖੀਰ 'ਚ ਫੇਰ ਕਹਿਣਾ ਚਾਹੁੰਦਾ, ਸਰਦਾਰ ਬੇਅੰਤ ਸਿੰਘ ਜੀ ਉਹ ਜਾਨ ਤਲੀ 'ਤੇ ਧਰਦੇ ਫਿਰਦੇ ਸੀ, ਜਾਨ ਦੇ ਟੁਕੜੇ ਟੁਕੜੇ ਪੰਜਾਬ ਲਈ ਦਿੱਤੇ। ਮੈਨੂੰ ਵੀ ਤੁਹਾਡੇ ਕੋਈ ਡਰਾਵਾ, ਮੈਨੂੰ ਕੋਈ ਕੁਛ ਨਹੀਂ ਦੱਸਦਾ, ਪਰ ਲੋਕਾਂ ਨੂੰ ਮੈਂ ਜ਼ਰੂਰ ਦੱਸੂੰਗਾ। ਇਕੱਲੀ ਇਕੱਲੀ ਗੱਲ ਆਪਣੇ ਲੁਧਿਆਣੇ ਵਾਲਿਆਂ ਨਾਲ, ਪੰਜਾਬ ਵਾਲਿਆਂ ਨੂੰ ਜ਼ਰੂਰ ਦੱਸੂੰਗਾ ਵੀ ਕਿਸ ਛੋਟੀਆਂ ਹਰਕਤਾਂ 'ਤੇ ਤੁਸੀਂ ਡਿੱਗੇ ਹੋ, ਕੀ ਤੁਹਾਡੀ ਔਕਾਤ ਆ, ਇਹ ਮੈਂ ਜ਼ਰੂਰ ਦੱਸੂੰਗਾ। ਕੋਈ ਗੱਲ ਨਹੀਂ, ਤੁਹਾਡਾ ਆਸ਼ੀਰਵਾਦ। ਕੱਲ੍ਹ ਨੂੰ ਸਵੇਰੇ ਫਿਰ ਆਪਾਂ ਆਪਣੀ ਕੰਪੇਨ ਸ਼ੁਰੂ ਕਰਾਂਗੇ। ਅੱਜ ਤਾਂ ਕਿਉਂਕਿ ਇਹ ਬਹੁਤ ਘਬਰਾਏ ਹੋਣਗੇ, ਸੋਚ ਰਹੇ ਹੋਣੇ ਆ ਵੀ ਹੋਰ ਹਥਕੰਡੇ ਕੀ ਵਰਤੀਏ, ਹੋਰ ਕਿਹੜੇ ਚੀਜ਼ਾਂ ਵਰਤੀਏ ਜਿਵੇਂ ਰੋਕਿਆ ਜਾਏਗਾ। ਇਸ ਕਰਕੇ ਨਹੀਂ ਰੋਕ ਸਕਦੇ ਤੁਸੀਂ, ਉਹ ਪਰਮਾਤਮਾ ਦੀ, ਉਹ ਵਾਹਿਗੁਰੂ ਦੀ ਨਿਗਾਹ ਸਿੱਧੀ ਚਾਹੀਦੀ ਆ ਵੀ ਤੁਸੀਂ ਇਨਸਾਨ ਕੀ ਚੀਜ਼ ਹੋ, ਨਹੀਂ ਰੋਕ ਸਕੋਗੇ ਮਾਨ ਸਾਹਿਬ, ਨਹੀਂ ਰੋਕ ਸਕੋਗੇ ਕਾਂਗਰਸੀਓ। ਮੈਂ ਪਰ ਲੀਡਰਾਂ ਨੂੰ ਕਹਿਣਾ, ਲੋਕ ਅੱਜ ਇਸ ਗੱਲ ਤੋਂ ਹਰ ਟੈਲੀਫੋਨ ਆ ਰਿਹਾ, ਹਰ ਬੰਦਾ ਆਪਣਾ ਸਹਿਯੋਗ ਦੇ ਰਿਹਾ। ਅੱਜ ਬੀਜੇਪੀ, ਕਾਂਗਰਸ, ਆਮ ਆਦਮੀ, ਜਿਹੜੇ ਵੀ ਉਹਨਾਂ ਦੇ ਥੰਗਲੇ ਵਰਤ ਕਰਦੇ, ਅੱਜ ਉਹ ਨਿੰਦ ਰਹੇ ਆ ਤੁਹਾਨੂੰ, ਉਹ ਘਟੀਆ ਕੰਮ ਤੁਸੀਂ ਕੀਤਾ ਹੈ ਜਿਹੜਾ ਕਿ ਬਰਦਾਸ਼ਤ ਨਹੀਂ ਹੋਊਗਾ। ਅਗਲੀ ਗੱਲਾਂ ਮੈਂ ਰਾਤ ਕੱਟਣ ਤੋਂ ਬਾਅਦ ਸਵੇਰੇ ਤੁਹਾਡੇ ਨਾਲ ਰੂਬਰੂ ਹੋਊਂਗਾ, ਸਾਰੇ ਮੀਡੀਆ ਨਾਲ ਗੱਲ ਕਰੂੰਗਾ। ਧੰਨਵਾਦ, ਜੈ ਹਿੰਦ।